ਹੁਣ ਦੱਸੋ ਕਿਹਦਾ ਕਿਹਦਾ ਕੰਡਾ ਕੱਢਣਾ ਗੱਭਰੂ ਜਵਾਨ ਕੁੱਤੇ ਆਏ ਚੱਲੇ ਬਦਮਾਸ਼ੀ ਤੇਰੇ ਨਾਂ ਦੀ ਲੈ ਦਈਏ ਜੱਥੇ ਜਾਵੇ ਜੱਟਾਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਵਾਲੇ ਗੀਤ ਗਾਉਣ ਤੇ ਪਾਬੰਦੀ ਲਗਾਈ ਜਾਣ ਦੇ ਬਾਵਜੂਦ ਕਈ ਕਲਾਕਾਰ ਅਜੇ ਵੀ ਜਨਤਕ ਤੌਰ ਤੇ ਇਹੋ ਜਿਹੇ ਗੀਤ ਗਾ ਰਹੇ ਨੇ। ਅਜਿਹਾ ਹੀ ਕੀਤਾ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਨੇ, ਜਿਸ ਨੂੰ ਕਿ ਲੋਕ ਸਿੱਧੂ ਮੂਸੇਵਾਲਾ ਦੇ ਨਾਮ ਨਾਲ ਜਾਣਦੇ ਨੇ, ਜਿਸ ਦੇ ਪਹਿਲਾਂ ਵੀ ਆਪਣੇ ਗੀਤਾਂ ਵਿੱਚ ਹਥਿਆਰ, ਹਿੰਸਾ ਅਤੇ ਅਸ਼ਲੀਲਤਾ ਨੂੰ ਪ੍ਰਮੁੱਖਤਾ ਨਾਲ ਪੇਸ਼ ਕਰਨ ਕਰਕੇ ਕਈ ਮੁਕੱਦਮੇ ਦਰਜ ਨੇ। ਇੱਕ ਵਾਰ ਫਿਰ ਉਹ ਵਿਵਾਦਾਂ ਦੇ ਘੇਰੇ ਵਿੱਚ ਫਸਦੇ ਨਜ਼ਰ ਆ ਰਹੇ ਨੇ। ਤੁਸੀਂ ਇਸ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਦਿੜਬਾ ਕਬੱਡੀ ਕੱਪ ਤੇ ਆਪਣੇ ਅਖਾੜੇ ਦੌਰਾਨ ਉਕਤ ਗਾਇਕ ਨੇ ਪ੍ਰਸ਼ਾਸਨ ਦੀ ਪਰਵਾਹ ਨਾ ਕਰਦਿਆਂ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਚੱਕਵੇਂ ਜਿਹੇ ਭੜਕਾਊ ਗੀਤ ਪੇਸ਼ ਕੀਤੇ। ਪੁਲਿਸ ਵੱਲੋਂ ਆਪਣੀ ਸਾਖ ਨੂੰ ਬਚਾਉਣ ਅਤੇ ਅਦਾਲਤ ਵਿੱਚ ਜਵਾਬਦੇਹੀ ਹੋਣ ਦੇ ਲਈ ਸਿੱਧੂ ਮੂਸੇਵਾਲਾ ਖਿਲਾਫ DDR ਕੱਟ ਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਆਪਣੀ ਪੇਸ਼ਕਸ਼ ਦੌਰਾਨ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਕੁਝ ਲੋਕ ਉਸਦੀ ਚੜ੍ਹਤ ਤੋਂ ਮੱਚਦੇ ਨੇ, ਪਰ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਉਸਨੂੰ ਅਖਾੜੇ ਵਿੱਚ ਆਉਣ ਤੋਂ ਰੋਕਣ ਦੇ ਲਈ ਵੀ ਬਹੁਤ ਸਾਜ਼ਿਸ਼ਾਂ ਕੀਤੀਆਂ ਗਈਆਂ, ਪਰ ਜ਼ਮਾਨਤ ਲੈ ਕੇ ਉਹ ਤੁਹਾਡੇ ਵਿੱਚ ਮੌਜੂਦ ਹੈ। ਅਜਿਹੇ ਗੀਤਾਂ ਦੀ ਪੇਸ਼ਕਾਰੀ ਤੋਂ ਬਾਅਦ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਅਤੇ ਕਬੱਡੀ ਕੱਪ ਦੇ ਪ੍ਰਬੰਧਕ ਵੀ ਉਕਤ ਗਾਇਕ ਨੂੰ ਲੈ ਕੇ ਘਬਰਾਹਟ ਵਿੱਚ ਸਨ ਕਿ ਕਿਤੇ ਕੋਈ ਅਨਸੁਖਾਵੀ ਘਟਨਾ ਹੀ ਨਾ ਵਾਪਰ ਜਾਵੇ। ਜੁੱਤੀ ਵਾਲੀ ਮਿੱਟੀ ਵਾਂਗੂ ਝਾੜ ਰੱਖੂਗਾ, ਹੋ ਜੁੱਤੀ ਵਾਲੀ ਮਿੱਟੀ ਵਾਂਗੂ ਝਾੜ ਰੱਖੂਗਾ। ਵੈਰੀਆਂ ਨੇ ਕਰਦਾ ਜੋ ਉਠਾਇਆ ਹੋਇਆ, ਹੁਣ ਦੱਸੋ ਕਿਹਦਾ ਕਿਹਦਾ ਕੰਡਾ ਕੱਢਣਾ ਗੱਭਰੂ ਜਵਾਨ ਕੁੱਤੇ ਆਇਆ ਹੋਇਆ। ਹੋ ਗੱਭਰੂ ਦੀ ਚੜ੍ਹਦੀ ਹੋਈ ਗੱਡੀ ਵੇਖ ਗਏ, ਕਈਆਂ ਦੀ ਹੈ ਕਿਸ਼ਤੀ ਦੀ ਜਾਂਦੀ ਡੁੱਬਦੀ, ਸੁਣਿਆ ਮੈਂ ਕਈਆਂ ਨੂੰ ਮੂਸੇ ਵਾਲੇ ਜੱਟਦੀ, ਕਾਲੀ ਕਾਲੀ ਜਿਹੜੀ ਵਾਲੀ ਰੇਂਜ ਚੁਬਦੀ, ਆ ਜਿਹੜੇ ਤੇਰੇ ਕੋਲੇ ਆ ਕੇ ਫੁੱਕਦੇ ਨੇ, ਪੁੱਛੀ ਉਹਨਾਂ ਤੋਂ ਮੈਂ ਕੱਲਾ ਕੱਲਾ ਪੁਜਾਇਆ ਹੋਇਆ, ਹੁਣ ਦੱਸ ਪਹਿਲਾਂ ਕਿਹਦਾ ਕੰਡਾ ਕੱਢਣਾ ਗੱਭਰੂ ਜਵਾਨ ਕੁੱਤੇ। ਤੁਹਾਨੂੰ ਦੱਸ ਦਈਏ ਕਿ ਥਾਣਾ ਦਿੜਬਾ ਦੇ ਇੰਚਾਰਜ ਸੁਖਦੀਪ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਵੱਲੋਂ ਭੜਕਾਊ ਗੀਤ ਗਾਉਣ ਦੇ ਮਾਮਲੇ ਨੂੰ ਲੈ ਕੇ ਉਸ ਖਿਲਾਫ DDR ਕੱਢ ਦਿੱਤੀ ਗਈ ਹੈ, ਜਿਸ ਦੀ ਪੜਤਾਲ ਕਰਨ ਤੋਂ ਬਾਅਦ ਉਕਤ ਗਾਇਕ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਅਜੀਤ ਦੇ ਲਈ ਗੁਰਪ੍ਰੀਤ ਸਿੰਘ ਅਜਨਾਲਾ ਅਤੇ ਪਰਵਿੰਦਰ ਸੋਨੂ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ TV।